a South Asian Canadian channel. ਸੇਖਾਂ ਜੀ ਸਾਡੇ ਨਾਲ ਨੇ ਸੇਖਾਂ ਸਾਹਿਬ ਟਕਸਾਲੀ ਦੀ ਗੱਲ ਹੋ ਰਹੀ ਆ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਟਕਸਾਲੀ ਤਾਂ ਸਾਡੇ ਨਾਲ ਨੇ ਇਹ ਤਾਂ ਪਤਾ ਲੱਗੇਗਾ ਲੋਕਾਂ ਨੇ ਟਕਸਾਲੀ ਬਣਾਉਣੇ ਆ ਮੇਰੇ ਕਿਹਾ ਮੈਂ ਟਕਸਾਲੀ ਨਹੀਂ ਬਣਨਾ ਮੈਂ ਇਹ ਨਹੀਂ ਕਹਿੰਦਾ ਕਿ ਅਕਾਲੀ ਦਲ ਵਿੱਚ ਟਕਸਾਲੀ ਹੈ ਨਹੀਂ ਬਹੁਤ ਸਾਰੇ ਲੋਕ ਉੱਥੇ ਵੀ ਟਕਸਾਲੀ ਨੇ ਲੇਕਿਨ ਜਿਸ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੇ ਕਬਜ਼ਾ ਕੀਤਾ ਆ ਹੁਣ ਕਹਿਣ ਨੂੰ ਤਾਂ ਬਾਦਲ ਸਾਹਿਬ ਵੀ ਆਖਣਗੇ ਮੈਂ ਵੀ ਟਕਸਾਲੀ ਹਾਂ ਲੇਕਿਨ ਜਿਸ ਢੰਗ ਨਾਲ ਉਹਨਾਂ ਪਾਰਟੀ ਦਾ ਬੇੜਾ ਗਰਕ ਕੀਤਾ ਆ ਉਸ ਢੰਗ ਨਾਲ ਉਹਨਾਂ ਨੂੰ ਟਕਸਾਲੀ ਆਖਣ ਨੂੰ ਹੁਣ ਜੀ ਨਹੀਂ ਕਰਦਾ ਟੋੜਾ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡੇ ਨਾਲ ਚੱਲ ਰਿਹਾ ਹੋਵੇ ਕਿਉਂਕਿ ਜੇ ਗੱਲ ਕਰੀਏ ਟਕਸਾਲੀਆਂ ਦੇ ਵਿੱਚ ਤਾਂ ਗੁਰਚਰਨ ਸਿੰਘ ਟੋੜਾ ਦਾ ਪਰਿਵਾਰ ਜਿਹੜਾ ਹੈਗਾ ਉਹ ਸਾਰਿਆਂ ਨਾਲੋਂ ਵੱਡਾ ਮੰਨਿਆ ਜਾਂਦਾ ਹੈਗਾ ਹਮੇਸ਼ਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਆਪਣੇ ਟੋੜਾ ਪਰਿਵਾਰ ਨਾਲ ਮੈਂ ਮੀਟਿੰਗ ਕਰਕੇ ਆਇਆ ਉਹਨਾਂ ਦੇ ਜਿਹੜੇ ਸਾਨਣ ਲਾ ਨੇ ਉਹਨਾਂ ਨਾਲ ਭੈਣ ਜੀ ਨਾਲ ਉਹਨਾਂ ਦੇ ਬੇਟੇ ਨਾਲ ਸਾਰਿਆਂ ਨਾਲ ਮੇਰੀ ਮੀਟਿੰਗ ਹੋਈ ਹੈ ਲੇਕਿਨ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਕਿ ਸਰਦਾਰ ਹਰਮੇਲ ਸਿੰਘ ਉਹਨਾਂ ਦੇ ਵੱਡੇ ਭਾਈ ਦੀ ਡੈਥ ਹੋ ਗਈ ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਅਕਾਲੀ ਦਲ ਜੁਆਇਨ ਕਰਨਾ ਸੀ ਥੋੜ੍ਹਾ ਲੇਟ ਹੋ ਗਏ ਅਤੇ ਛੇਤੀ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜੁਆਇਨ ਕਰਨਗੇ ਅੱਜ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਤੁਸੀਂ ਪਾਰਟੀ 'ਚ ਸ਼ਾਮਿਲ ਕੀਤਾ ਹੈ ਤੁਹਾਨੂੰ ਲੱਗਦਾ ਕਿ ਕਰਨੈਲ ਸਿੰਘ ਪੀਰ ਮੁਹੰਮਦ ਦੇ ਨਾਲ 2020 ਦਾ ਵੀ ਜਿਹੜਾ ਹੈਗਾ ਇੱਕ ਸਟਿੱਕਰ ਆਪਣਾ ਲੱਗਿਆ ਹੋਇਆ ਸੀ ਉਹ ਗੱਲ ਬੜੀ ਕਲੀਅਰ ਹੋ ਚੁੱਕੀ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਅਸੀਂ ਜਿਸ ਇਨਸਾਨ ਨੂੰ ਵੀ ਆਪਣੇ ਅਕਾਲੀ ਦਲ 'ਚ ਲੈਂਦੇ ਹਾਂ ਉਹਨਾਂ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਪੜ੍ਹਨ ਵਾਸਤੇ ਦਿੰਦੇ ਹਾਂ ਜਿਹਨੂੰ ਉਹ ਮਨਜ਼ੂਰ ਹੁੰਦਾ ਆ ਉਹ ਸਾਡੀ ਪਾਰਟੀ ਜੁਆਇਨ ਕਰਦਾ ਆ ਰਹੀ ਗੱਲ ਜਿਹੜੀ ਤੁਸੀਂ 2020 ਵਾਲਿਆਂ ਦੀ ਗੱਲ ਕੀਤੀ ਆ ਸਾਨੂੰ ਨਾ ਤਾਂ ਉਹਨਾਂ ਦੇ ਕਿਸੇ ਪ੍ਰੋਗਰਾਮ ਦਾ ਪਤਾ ਨਾ ਕਿਸੇ ਗੱਲ ਦਾ ਪਤਾ ਨਾ ਉਹਨਾਂ ਨੇ ਸਾਡੇ ਨਾਲ ਕੋਈ ਰਾਬਤਾ ਕਾਇਮ ਕੀਤਾ ਉਹਦੇ ਬਾਰੇ ਜਿੰਨਾ ਚਿਰ ਸਾਨੂੰ ਜਾਣਕਾਰੀ ਕੋਈ ਨਹੀਂ ਕੀ ਇਹੀ ਕਮੈਂਟ ਕਰ ਸਕਦੇ ਤੁਹਾਡੇ ਵੱਲੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਅਕਾਲੀ ਦਲ ਨੂੰ ਜਿਹੜਾ ਹੈਗਾ ਇੱਕ ਪਰਿਵਾਰ ਤੋਂ ਆਜ਼ਾਦ ਕਰਾਉਣਾ ਹੈਗਾ ਹੁਣ ਤੁਸੀਂ ਪਾਰਟੀ ਵੱਖਰੀ ਬਣਾਉਣੀ ਹੈ ਕਿ ਕਿਤੇ ਹੋ ਸਕਦਾ ਕਿ ਕੱਲ੍ਹ ਦੁਬਾਰ ਤੋਂ ਜਿਹੜਾ ਹੈਗਾ ਤੁਸੀਂ ਦੂਸਰੀ ਅਕਾਲੀ ਦਲ ਦੇ ਵਿੱਚ ਜਿਹੜਾ ਪੁਰਾਣਾ ਅਕਾਲੀ ਦਲ ਹੈਗਾ ਸੀ ਉਹਦੇ ਵਿੱਚ ਸ਼ਾਮਿਲ ਹੋਵੋ ਜਾਂ ਉਹਨਾਂ ਨੂੰ ਤੁਸੀਂ ਜੋ ਲਾਂਭੇ ਹੋ ਜਾਂਦੇ ਨੇ ਉਹ ਪਰਿਵਾਰ ਲਾਂਭੇ ਹੁੰਦਾ ਪਾਰਟੀ ਤੋਂ ਤਾਂ ਤੁਸੀਂ ਸ਼ਾਮਿਲ ਹੋ ਸਕਦੇ ਹੋ ਇੱਕ ਵਕਤ ਐਸਾ ਸੀ ਜੀ ਜਦੋਂ ਅਸੀਂ ਇਹ ਗੱਲ ਕਹੀ ਸੀ ਕਿ ਸੁਖਬੀਰ ਅਤੇ ਮਜੀਠੀਆ ਪਾਰਟੀ ਤੋਂ ਲਾਂਭੇ ਹੋ ਜਾਣ ਅਤੇ ਅਸੀਂ ਏਕਤਾ ਕਰਨ ਨੂੰ ਤਿਆਰ ਹਾਂ ਲੇਕਿਨ ਅੱਜ ਉਹ ਵਕਤ ਨਹੀਂ ਰਿਹਾ ਇਸ ਕਰਕੇ ਕਿ ਅਸੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਆ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਅਰਦਾਸ ਕਰਕੇ ਅਤੇ ਫਿਰ ਇਹਦੀ ਸ਼ੁਰੂਆਤ ਕੀਤੀ ਆ ਜਿਹੜਾ ਵੀ ਕੋਈ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕੋਈ ਵੀ ਅਰਦਾਸ ਕਰਕੇ ਕੋਈ ਕੰਮ ਸ਼ੁਰੂ ਕਰਦਾ ਉਹ ਉਹਦੇ ਤੋਂ ਪਿੱਛੇ ਨਹੀਂ ਹਟ ਸਕਦਾ ਇਸ ਕਰਕੇ ਸਾਡੀ ਹੁਣ ਇਹਨਾਂ ਨਾਲ ਰਲਣ ਦੀ ਕੋਈ ਗੁੰਜਾਇਸ਼ ਨਹੀਂ ਜਿਹੜੇ ਸਾਡੇ ਸਾਥੀ ਉੱਥੇ ਘੁੱਟਣ ਮਹਿਸੂਸ ਕਰਦੇ ਆ ਜਾਂ ਸਾਡੇ ਵਰਗੀ ਸੋਚ ਦੇ ਧਾਰਨੀ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਕਿ ਉਹਨਾਂ ਨੇ ਅਕਾਲੀ ਰਹਿਣਾ ਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜੁਆਇਨ ਕਰ ਲੈਣ ਆਮ ਆਦਮੀ ਪਾਰਟੀ ਅਤੇ ਖਹਿਰਾ ਦੋਨਾਂ ਵੱਲੋਂ ਹੀ ਟਕਸਾਲੀ ਦੇ ਨਾਲ ਜਿਹੜਾ ਹੈਗਾ ਮੁਲਾਕਾਤ ਕੀਤੀ ਗਈ ਹੈਗੀ ਤੁਸੀਂ ਕੀ ਸਮਝਦੇ ਹੈਗੇ ਕਿ ਇਹ ਮੁਲਾਕਾਤ ਅੱਗੇ ਕਿਹੜਾ ਰੂਪ ਲਏਗੀ ਵੇਖੋ ਸਾਡੇ ਨਾਲ ਖਹਿਰਾ ਸਾਹਿਬ ਨੇ ਵੀ ਮੀਟਿੰਗ ਕੀਤੀ ਆ ਭਗਵੰਤ ਮਾਨ ਜੀ ਨੇ ਵੀ ਮੀਟਿੰਗ ਕੀਤੀ ਆ ਸਾਡੀ ਕੋਸ਼ਿਸ਼ ਇਹ ਆ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕੀਤਾ ਜਾਵੇ ਔਰ ਅਸੀਂ ਇਹ ਸਾਡਾ ਪ੍ਰੋਗਰਾਮ ਆ ਕਿ ਪੰਜਾਬ ਦੇ ਲੋਕ ਨਾ ਤਾਂ ਸ਼੍ਰੋਮਣੀ ਅਕਾਲੀ ਦਲ BJP ਨੂੰ ਚਾਹੁੰਦੇ ਨੇ ਅਤੇ ਕਾਂਗਰਸ ਦੇ 2 ਸਾਲ ਦੇ ਰਾਜ ਤੋਂ ਵੀ ਬਹੁਤ ਦੁਖੀ ਹੋਏ ਪਏ ਨੇ ਲੋਕ ਤੀਸਰਾ ਬਦਲ ਚਾਹੁੰਦੇ ਨੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਰੇ ਗਰੁੱਪ ਇਕੱਠੇ ਕਰਕੇ ਅਤੇ ਤੀਸਰਾ ਬਦਲ ਦਿੱਤਾ ਜਾਵੇ ਤਾਂ ਕਿ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹ ਤੀਸਰਾ ਬਦਲ ਜਿੱਤ ਸਕੇ ਤੀਸਰਾ ਬਦਲ ਜਿਹੜਾ ਹੈਗਾ ਉਹ ਅਕਾਲੀ ਦਲ ਟਕਸਾਲੀ ਦੇ ਰੂਪ ਦੇ ਵਿੱਚ ਬਣੇ ਦੇਖਦੇ ਹੈਗੇ ਹੋ ਜਾਂ ਕੋਈ ਇੱਕ ਅਲੱਗ ਸੰਗਠਨ ਜਿਹੜਾ ਇੱਕ ਹੋਰ ਵੀ ਤਿਆਰ ਹੋ ਸਕਦਾ ਨਹੀਂ ਵੇਖੋ ਅਲਾਇੰਸ ਜਿਹੜਾ ਆ ਉਹ ਹੀ ਸਾਡਾ ਹੋ ਸਕਦਾ ਸਾਡੀ ਪਾਰਟੀ ਆਪਣੀ ਆ ਉਹਨਾਂ ਦੀਆਂ ਪਾਰਟੀਆਂ ਆਪੋ ਆਪਣੀਆਂ ਨੇ ਉਹਨਾਂ ਦੇ ਪ੍ਰੋਗਰਾਮ ਆਪੋ ਆਪਣੇ ਨੇ ਲੇਕਿਨ ਸਾਡਾ ਅਲਾਇੰਸ ਹੋਏਗਾ ਆਪਣੇ ਸੀਟ ਐਡਜਸਟਮੈਂਟ ਹੋਏਗੀ ਪਰ ਜੇ ਗੱਲ ਕਰੀਏ ਤਾਂ ਅੱਜ ਜਿਵੇਂ ਤੁਸੀਂ ਕਿਹਾ ਹੈਗਾ ਕਿ ਅਸੀਂ 2019 ਦੀ ਲੋਕ ਸਭਾ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਤੁਹਾਨੂੰ ਲੱਗਦਾ ਕਿ ਜੇਕਰ ਤੁਸੀਂ ਨੇ ਕਿਹਾ ਕਿ ਤੁਸੀਂ ਆਪ ਖੁਦ ਮਤਲਬ ਕਿ ਇਲੈਕਸ਼ਨ ਦੇ ਵਿੱਚ ਤੁਸੀਂ ਤੁਹਾਨੂੰ ਲੱਗਦਾ ਕਿ ਜਰਨੈਲ ਜਿਹੜੇ ਹੈਗੇ 2 ਮੇਨ ਜਰਨੈਲ ਹੈਗੇ ਉਹ ਆਪਣੀ ਸੀਟਾਂ ਤੋਂ ਚੋਣ ਨਹੀਂ ਲੜਨਗੇ ਬਿਲਕੁਲ ਠੀਕ ਹੈ ਨਾ ਬ੍ਰਹਮਪੁਰਾ ਸਾਹਿਬ ਪਾਰਲੀਮੈਂਟ ਦੀ ਇਲੈਕਸ਼ਨ ਲੜਨਗੇ ਨਾ ਮੈਂ ਇਲੈਕਸ਼ਨ ਲੜਾਂਗਾ ਇਸ ਕਰਕੇ ਕਿ ਅਸੀਂ ਪੰਜਾਬ ਦੀ ਇਲੈਕਸ਼ਨ ਆਪਣੇ ਬੰਦਿਆਂ ਨੂੰ ਲੜਾਉਣੀ ਆ ਜੇ ਅਸੀਂ ਇਲੈਕਸ਼ਨ ਲੜਨੇ ਆ ਤਾਂ ਆਪੋ ਆਪਣੀਆਂ ਸੀਟਾਂ 'ਤੇ ਵੱਜ ਜਾਵਾਂਗੇ ਅਤੇ ਫਿਰ ਅਸੀਂ ਪੰਜਾਬ ਦੇ ਲੋਕਾਂ ਕੋਲ ਕਿਵੇਂ ਜਾਵਾਂਗੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਬਹੁਤ ਸਿਆਣੇ ਸੂਝਵਾਨ ਕੈਂਡੀਡੇਟਾਂ ਦੀ ਭਾਲ ਕਰਾਂਗੇ ਜਿਹੜੇ ਲੋਕ ਪੰਜਾਬ ਦੀਆਂ ਸਮੱਸਿਆਵਾਂ ਨੂੰ ਆਪਣੇ ਸਮਝਦੇ ਹੋਣ
ਤੇ ਪਾਰਲੀਮੈਂਟ ਵਿੱਚ ਜਾ ਕੇ ਉਹਨਾਂ ਨੂੰ ਵਿਸਤਾਰ ਨਾਲ ਆਪਣੇ ਦੱਸ ਸਕਦੇ ਹੋਣ ਤੇ ਹੱਲ ਕਰਵਾ ਸਕਦੇ ਹੋਣ। ਅਜਿਹੇ ਲੋਕਾਂ ਦੀ ਭਾਲ ਕਰਕੇ ਅਸੀਂ ਉਹਨਾਂ ਦੀ ਇਲੈਕਸ਼ਨ ਆਪ ਲੜਾਂਗੇ। ਜਦ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਉਹਨਾਂ ਨੇ ਸਰਕਾਰ ਬਣਾਈ ਹੈਗੀ ਸੀ, ਅੱਜ ਤੁਸੀਂ ਕਿਵੇਂ ਵੇਖਦੇ ਉਹਨਾਂ ਨੂੰ? ਹੁਣ ਤਾਂ ਗੱਲ ਸਾਫ਼ ਹੋ ਗਈ, ਮੇਰੇ ਆਖਣ ਦੀ ਲੋੜ ਹੀ ਨਹੀਂ। ਕਾਂਗਰਸ ਪਾਰਟੀ ਦਾ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਜਿੱਤਿਆ ਹੋਇਆ MLA ਕੁਲਬੀਰ ਸਿੰਘ ਜੀਰਾ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੀ ਸੰਗਤ ਦੇ ਸਾਹਮਣੇ ਸਟੇਜ ਤੋਂ ਕਹਿ ਰਿਹਾ ਕਿ ਜਿਹੜੀ ਪੰਜਾਬ ਪੁਲਿਸ ਆ ਇਹ ਆਪਣੇ ਨਸ਼ੇ ਮੁੱਕਣ ਨਹੀਂ ਦਿੰਦੀ ਪੰਜਾਬ ਤੋਂ, ਅਤੇ ਮਹਾਰਾਜਾ ਕਿਵੇਂ ਮੁਕਾ ਲਏਗਾ। ਮੁੱਕਿਆ ਨਹੀਂ ਮੁੱਕਿਆ, ਕਿਵੇਂ ਹੋਇਆ, ਇਹ ਇੱਕ ਬੜੀ ਵੱਡੀ ਗਵਾਹੀ ਆ ਕਿ ਪੰਜਾਬ ਵਿੱਚੋਂ ਅਜੇ ਨਸ਼ਾ ਮੁੱਕਿਆ ਨਹੀਂ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸੇਵਾ ਸਿੰਘ ਸੇਖਵਾਂ ਜੀ, ਜਿਨ੍ਹਾਂ ਦੇ ਅਨੁਸਾਰ ਉਹ 2019 ਦੀ ਲੋਕ ਸਭਾ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ, ਲੇਕਿਨ ਉਹ ਆਪਣੇ ਨੁਮਾਇੰਦੇ ਇਹਨਾਂ ਚੋਣਾਂ ਦੇ ਵਿੱਚ ਖੜ੍ਹੇ ਕਰਨਗੇ ਅਤੇ 13 ਦੀਆਂ 13 ਸੀਟਾਂ ਦੀ ਜਿਹੜੀ ਹੈਗੀ ਆ ਉਹ ਉੱਥੇ ਜਿੱਤ ਪ੍ਰਾਪਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜੀ ਹੈਗੀ ਪਾਰਟੀ ਅੱਜ ਉਰੇ ਚੰਡੀਗੜ੍ਹ ਦੇ ਵਿੱਚ ਪੀਰ ਮੁਹੰਮਦ ਨੂੰ ਸ਼ਾਮਿਲ ਕਰਨ ਵਾਸਤੇ ਉਰੇ ਪਹੁੰਚੇ ਸਨ। ਸਾਡੇ ਨਾਲ ਡਾਕਟਰ ਅਜਨਾਲਾ ਨੇ ਉਹਨਾਂ ਨਾਲ ਗੱਲ ਕਰਦੇ ਆ। ਅਜਨਾਲਾ ਸਾਹਿਬ, ਪੀਰ ਮੁਹੰਮਦ ਹੋਰੀ ਸ਼ਾਮਿਲ ਹੋਏ ਨੇ ਪਾਰਟੀ ਨੂੰ, ਕਿਸ ਤਰ੍ਹਾਂ ਲੱਗ ਰਿਹਾ ਕਿ ਪਾਰਟੀ ਨੂੰ ਕਿੰਨੀ ਕੁ ਮਜ਼ਬੂਤੀ ਜਿਹੜੀ ਹੈਗੀ ਉਹ ਆਉਣ ਵਾਲੇ ਦਿਨਾਂ 'ਚ ਹੋਰ ਵੇਖਣ ਨੂੰ ਮਿਲੇਗੀ? ਵੇਖੋ, ਇਹ ਜਿਹੜੇ ਯੁੱਗ 'ਚੋਂ ਆਪਾਂ ਲੰਘ ਰਹੇ ਹਾਂ ਇਹ ਨੌਜਵਾਨਾਂ ਦਾ ਯੁੱਗ ਹੈ, ਠੀਕ ਹੈ, ਅਤੇ ਇਸ ਨੌਜਵਾਨਾਂ ਦੇ ਯੁੱਗ ਨੂੰ ਤੋਰਨ ਲਈ ਪੀਰ ਮੁਹੰਮਦ ਸਾਹਿਬ ਸਾਡੇ ਵਿੱਚ ਸਰਦਾਰ ਕਰਨੈਲ ਸਿੰਘ ਹੋਰੀ ਬਹੁਤ ਵੱਡਾ ਪੁਲ ਬਣ ਕੇ ਸਾਡੇ ਨਾਲ ਕੰਮ ਕਰਨਗੇ, ਤਾਂ ਜੋ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿਹੜਾ ਅਸਲੀ ਆਪਣੇ ਅਕਾਲੀ ਦਲ ਨੂੰ ਸਮਝਦੇ ਆ, ਜਿਹੜੇ ਵਾਕਈ ਹੀ ਅਕਾਲੀ ਆ, ਉਹਨਾਂ ਨਾਲ ਲੈ ਕੇ ਸਾਡੀ ਸਟਰੈਂਥ ਵਧੂਗੀ। ਪਾਰਟੀ ਦਾ ਗਠਨ ਹੋ ਚੁੱਕਿਆ ਹੈਗਾ, 2019 ਦੀਆਂ ਚੋਣਾਂ ਵੀ ਨਜ਼ਦੀਕ ਹੈਗੀਆਂ, ਜਰਨੈਲਾਂ ਨੇ ਕਿਹਾ ਕਿ ਅਸੀਂ ਚੋਣਾਂ ਨਹੀਂ ਲੜਨੀਆਂ, ਕਿਉਂ? ਵੇਖੋ ਮੇਰੀ ਗੱਲ ਸੁਣੋ, ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ ਸਾਡੀ ਪਾਰਟੀ ਦਾ, ਕਿੰਨੇ ਇਲੈਕਸ਼ਨ ਲੜਨੀਆਂ ਕਿੰਨੇ ਨਹੀਂ ਲੜਨੀ, ਇਹ ਤਾਂ ਜਦੋਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਣਗੀਆਂ ਅਸੀਂ ਫੈਸਲਾ ਕਰਾਂਗੇ ਵੀ ਕਿੱਥੇ ਕਿੰਨੇ ਲੜਨਾ ਹੈ, ਉਸ ਹਿਸਾਬ ਨਾਲ ਜਿਹਨੂੰ ਵੀ ਲੜਨੀ ਪਊਗੀ ਲੜੂਗਾ। ਜਰਨੈਲਾ ਜਿਵੇਂ ਅੱਜ ਖੁਦ ਬ੍ਰਹਮਪੁਰਾ ਸਾਹਿਬ ਗੱਲ ਸੁਣ ਬ੍ਰਹਮਪੁਰਾ ਸਾਹਿਬ ਅਤੇ ਸੇਖਵਾਂ ਸਾਹਿਬ ਨੇ ਕਿਹਾ ਕਿ ਅਸੀਂ MP ਚੋਣ ਨਹੀਂ ਲੜਨੀ। ਜਰਨੈਲ ਜਿਹੜੇ ਹੁੰਦੇ ਨੇ ਉਹ ਹੁਕਮ ਕਰਨ ਲਈ ਹੁੰਦੇ ਆ, ਲੜਨ ਲਈ ਫੌਜਾਂ ਹੁੰਦੀਆਂ ਨੇ, ਸਾਡੀਆਂ ਫੌਜਾਂ ਬੜੀਆਂ ਨੇ ਲੜਨਗੀਆਂ। ਪਿਛਲੇ ਦਿਨੀ ਆਪਣਾ ਭਗਵੰਤ ਮਾਨ ਹੋਰੀ ਅਤੇ ਸੁਖਪਾਲ ਖਹਿਰਾ ਬ੍ਰਹਮਪੁਰਾ ਸਾਹਿਬ ਨੂੰ ਮਿਲੇ ਨੇ, ਤੁਹਾਨੂੰ ਕੀ ਲੱਗਦਾ ਕਿ ਕੋਈ ਜਿਹੜਾ ਹੈਗਾ ਇੱਕ ਸੰਗਠਨ ਜਿਹੜਾ ਇਕੱਠਾ ਬਣ ਸਕੇਗਾ, ਨਹੀਂ ਬਣੇਗਾ? ਵੇਖੋ ਉਹ ਮਿਲੇ ਨੇ, ਸਾਡੀ ਪੂਰੀ ਕੋਸ਼ਿਸ਼ ਆ ਬਈ ਜਿੰਨੇ ਵੀ ਬਾਦਲ ਵਿਰੋਧੀ ਅਤੇ ਕਾਂਗਰਸ ਵਿਰੋਧੀ ਪਾਰਟੀਆਂ ਨੇ ਉਹਨਾਂ ਨਾਲ ਅਸੀਂ ਰਲ ਕੇ ਲੜਾਂਗੇ, ਉਹ ਸਾਡੇ ਨਾਲ ਆਉਣਗੇ। ਦੋਨੋਂ ਨੂੰ ਕਿਵੇਂ ਲੈ ਕੇ ਚੱਲੋਗੇ, ਕਿਉਂਕਿ ਜੇ ਗੱਲ ਕਰੀਏ ਭਗਵੰਤ ਮਾਨ ਦੀ ਅਤੇ ਖਹਿਰਾ, ਦੋਨੋਂ ਇੱਕ ਦੂਜੇ ਦੇ ਕਿਸ ਸਮੇਂ ਫਿਲਹਾਲ ਕੱਟੜ ਜਿਹੜੇ ਚੱਲ ਰਹੇ? ਮੈਂ ਕਹਿੰਦਾ ਬਈ ਜਦੋਂ ਕਿਸੇ ਦੁਸ਼ਮਣ ਨਾਲ ਲੜਾਈ ਹੋਵੇ, ਜੇ UP 'ਚ ਮਾਇਆਵਤੀ ਅਤੇ ਕਲੇਸ਼ ਇਕੱਠੇ ਹੋ ਸਕਦੇ ਆ ਤਾਂ ਸਾਨੂੰ ਕੀ ਤੰਗੀ ਆ? HS ਫੁਲਕਾ ਨੇ IGPC ਨੂੰ ਮੁਕਤ ਕਰਨ ਦੀ ਗੱਲ ਕੀ ਹੈਗੀ ਹੈ, ਆਪਾਂ ਜਿਹੜਾ ਹੈਗਾ ਉਸ ਨੂੰ ਲੈ ਕੇ ਤੁਸੀਂ ਕੀ ਕਹੋਗੇ ਅਕਾਲੀ ਦਲ ਮੁਕਤ? ਵੇਖੋ ਸਾਥ ਦੋਗੇ? ਸਭ ਤੋਂ ਵੱਡੀ ਲੋੜ ਆ ਹੁਣ ਬਈ ਜਿਹੜਾ ਸ਼੍ਰੋਮਣੀ ਕਮੇਟੀ ਅਤੇ ਪਰਿਵਾਰ ਦਾ ਗਲਬਾ ਹੈ, ਇਹਨੂੰ ਹਟਾਉਣ ਲਈ ਜਿਹੜੀ ਸਿਆਸਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚੋਂ ਕੱਢੀ ਜਾਵੇ ਤਾਂ ਜੋ ਸਿੱਖ ਵੱਧ ਫੁੱਲ ਸਕਣ, ਉਹਦੇ ਲਈ ਫੁਲਕਾ ਜੀ ਨੇ ਸ਼ੁਰੂ ਕੀਤਾ, ਅਸੀਂ ਉਹਨਾਂ ਦੇ ਨਾਲ। ਹਾਂ ਬਿਲਕੁਲ, ਸਾਡੇ ਨਾਲ ਬ੍ਰਹਮਪੁਰਾ ਸਾਹਿਬ ਜੀ ਨੇ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜਾਣੇ ਕਹਾਂਗੇ ਕਿ ਅਗਲੀ ਸਟ੍ਰੈਟਜੀ ਜਿਹੜੀ ਹੈਗੀ ਆ ਉਹ ਅਕਾਲੀ ਦਲ ਟਕਸਾਲੀ ਦੀ, ਉਹ ਕਿਸ ਤਰ੍ਹਾਂ ਦੀ ਰਹੂਗੀ? ਪੀਰ ਮੁਹੰਮਦ ਅੱਜ ਵੀ ਸ਼ਾਮਿਲ ਕੀਤੀ ਆ ਪਾਰਟੀ ਨੂੰ, ਲੈ ਕੇ ਕਿੰਨੀ ਕੁ ਸਟਰੈਂਥ ਜਿਹੜੀ ਹੈਗੀ ਮਿਲੂਗੀ? ਦੇਖੋ ਜੀ, ਇਹ ਨੌਜਵਾਨ ਨੇ ਬੜੇ ਪੁਰਾਣੇ ਇਹ ਲੀਡਰ ਨੇ ਔਰ ਯੂਥ ਦੇ ਵਿੱਚ ਕੰਮ ਕਰਦੇ ਰਹੇ ਨੇ, ਯੂਥ ਫੈਡਰੇਸ਼ਨ ਫੈਡਰੇਸ਼ਨ ਦੇ ਪ੍ਰਧਾਨ ਅਸਤੀਫਾ ਦੇ ਦਿੱਤਾ ਇਹਨਾਂ ਨੇ, ਅਤੇ ਅਸਤੀਫਾ ਦੇ ਕੇ ਇਹ ਸਾਰੀ ਜਥੇਬੰਦੀ ਭੰਗ ਕਰਕੇ ਸਾਡੇ ਨੇ ਰਲਦੇ ਨੇ। ਇਹ ਫੈਡਰੇਸ਼ਨ ਜਿਹੜੀ ਕਿ 2020 ਨੂੰ ਵੀ ਸਮਰਥਨ ਕਰਦੀ ਰਹੀ ਹੈਗੀ, ਤੁਹਾਨੂੰ ਲੱਗਦਾ ਕਿ ਜਦੋਂ ਟਕਸਾਲੀ ਨਾਲ ਜੁੜ ਰਹੀ ਹੋਊਗੀ? ਲੇਕਿਨ ਅੱਗੇ ਤੋਂ ਨਹੀਂ ਕਰੇਗੀ। ਵੇਖੋ ਇੱਕ ਪ੍ਰੋਗਰਾਮ ਤਾਂ ਜੋ ਅਕਾਲੀ ਦਲ ਦਾ ਵਾ, ਅਕਾਲੀ ਦਲ ਦੇ ਜੇ ਮੈਂਬਰ ਬਣ ਗਏ ਨੇ, ਅਕਾਲੀ ਦਲ 'ਚ ਆ ਗਏ ਨੇ, ਤਾਂ ਪ੍ਰੋਗਰਾਮ ਤਾਂ ਅਕਾਲੀ ਦਲ ਦਾ ਮੰਨਣਾ ਪਏਗਾ ਇਹਨਾਂ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਨੇਤਾ ਜਾਂ ਹੋਰ ਕਿਹੜੇ ਅਕਾਲੀ ਦਲ ਦੇ ਲੀਡਰਸ ਜਿਹੜੇ ਹੈਗੇ ਆ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ? ਇੰਨੇ ਆ ਕਿ ਮੈਂ ਦੱਸ ਹੀ ਨਹੀਂ ਤੁਹਾਨੂੰ ਸਕਦਾ, ਇਹ 15 ਮਹੀਨਿਆਂ ਲਈ ਪਤਾ ਲੱਗ ਜਾਊ। ਅੱਜ ਤੁਸੀਂ ਗੱਲ ਕਹੀ ਹੈ ਕਿ ਜਰਨੈਲ ਜਿਹੜੇ ਹੈਗੇ ਉਹ ਇਲੈਕਸ਼ਨ ਨਹੀਂ ਲੜਨਗੇ, ਖਾਸ ਕਰਕੇ ਸੇਖਵਾਂ ਸਾਹਿਬ ਦੀ ਗੱਲ ਕਰੀਏ ਜਾਂ ਤੁਹਾਡੀ ਗੱਲ ਕਰੀਏ? ਨਹੀਂ, ਅਸੀਂ ਸਾਰਿਆਂ ਨੇ ਤਾਂ ਇਹ ਨਹੀਂ ਗੱਲ ਕਹੀ, ਇਹ ਤਾਂ ਫਿਰ ਜੇ ਅਸੀਂ ਫਿਰ ਇਲੈਕਸ਼ਨ ਨਹੀਂ ਲੜਨੀ ਸਾਡੇ ਆਦਮੀਆਂ ਨੇ ਤਾਂ ਅਸੀਂ ਕੀ ਕਰਨਾ, ਲੇਕਿਨ ਮੈਂ ਇਲੈਕਸ਼ਨ ਨਹੀਂ ਲੜੂੰਗਾ। ਕਾਰਨ ਕੀ ਮੰਨਦੇ ਹੋ? ਨਹੀਂ ਮੈਂ ਨਹੀਂ ਲੜੂੰਗਾ, ਮੈਂ ਕਹਿਤਾ ਜਦੋਂ ਅਸਤੀਫਾ ਦਿੱਤਾ ਸੀ ਮੈਂ ਕਿਹਾ ਸੀ ਮੈਂ ਪ੍ਰਧਾਨ ਹਾਂ, ਮੈਨੂੰ ਪਾਰਟੀ ਦਾ ਇਹਨਾਂ ਨੇ ਸੇਵਾਦਾਰ ਬਣਾ ਦਿੱਤਾ, ਮੁੱਖ ਸੇਵਾਦਾਰ, ਮੈਂ ਸੇਵਾ ਕਰੂੰਗਾ, ਪਾਰਟੀ ਦੀ ਸੇਵਾ ਕਰੂੰਗਾ, ਅਤੇ ਹਰ ਬੰਦੇ ਦੀ ਜਿਹੜੀ ਆਪਣੇ ਜਿਹੜਾ ਸਾਡਾ
ਵਰਕਰ ਹੋਊਗਾ ਉਹਦੀ ਮਦਦ ਕਰ। HS ਫੁਲਕਾ ਨੇ ਵੀ ਜਿਹੜਾ ਹੈਗਾ SGPC ਨੂੰ ਮੁਕਤ ਅਕਾਲੀ ਦਲ ਤੋਂ ਮੁਕਤ ਕਰਨ ਦਾ ਜਿਹੜਾ ਹੈਗਾ ਮੋਰਚਾ ਖੋਲਿਆ ਹੈਗਾ, ਤੁਸੀਂ ਉਹਨਾਂ ਦਾ ਸਾਥ ਦਿਓਗੇ? ਬਿਲਕੁਲ ਸਾਥ ਦੇਵਾਂਗੇ, ਉਹਨਾਂ ਨੇ ਪੱਤਰਕਾਰ ਜਿਸ ਲਈ ਮੋਰਚਾ ਖੋਲਿਆ ਉਹਦਾ ਸਾਥ ਦੇਵਾਂਗੇ। ਪਿਛਲੇ ਦਿਨ ਭਗਵੰਤ ਮਾਨ ਅਤੇ ਖਹਿਰਾ ਵੀ ਤੁਹਾਨੂੰ ਮਿਲੇ ਹੈਗੇ ਆ, ਕਿਹਨਾਂ ਦੇ ਨਾਲ ਜਿਹੜੀ ਹੈਗੀ ਅਕਾਲੀ ਦਲ ਟਕਸਾਲੀ ਜਿਹੜੀ ਜਾ ਸਕਦੀ ਆ? ਵੇਖੋ, ਮੇਰੇ ਨਾਲ ਗੱਲ ਪੋਜ਼ੀਟਿਵ ਹੋਈ ਆ। ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਜਿੰਨੀਆਂ ਵੀ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਕਾਂਗਰਸ ਦੇ ਅਤੇ ਇਹਨਾਂ ਬਾਦਲਾਂ ਦੇ ਖਿਲਾਫ ਨੇ, ਉਹ ਸਾਰੇ ਆਪਾਂ ਇਕੱਠੇ ਹੋ ਕੇ ਅਤੇ ਲੜੀਏ, ਇਹਦੀ ਸ਼ਕਤੀ ਬਣੇਗੀ। ਔਰ ਉਸ ਗੱਲ ਦੇ ਉੱਤੇ ਉਹ ਖਹਿਰਾ ਸਾਹਿਬ ਮੰਨ ਗਏ ਸੀ, ਫਿਰ ਉਹਨਾਂ ਪ੍ਰੈਸ ਕਾਨਫਰੰਸ 'ਚ ਗੱਲ ਕਹਿ ਵੀ ਦਿੱਤੀ ਸੀ, ਅਤੇ ਉਹਦਾ ਜੇ ਕੀ ਰਿਸਪੋਂਸ ਆ, ਕੀ ਹੁੰਦਾ ਵਾ, ਇਹ ਸਭ ਗੱਲਾਂ ਜਿਹੜੀਆਂ ਵਾ ਇਹ ਆਉਣ ਵਾਲੇ ਸਮੇਂ ਕੁਝ ਦਿਨਾਂ ਦਾ ਪਤਾ ਲੱਗ ਜੂਗਾ। ਇਹ ਸਨ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਜੀ, ਜਿਨ੍ਹਾਂ ਦੇ ਅਨੁਸਾਰ ਉਹ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੁਦ ਹਿੱਸਾ ਨਾ ਲੈ ਕੇ ਪਾਰਟੀ ਦੇ ਵਰਕਰਾਂ ਨੂੰ ਜਿਹੜਾ ਹੈਗਾ MP ਦੀਆਂ ਚੋਣਾਂ ਲੜਵਾਉਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਤੇਜੀ ਦੇ ਨਾਲ ਇੰਦਰਜੀਤ ਬਖਸ਼ੀ, ਚੈਨਲ Y ਦੇ ਲਈ। A South Asian Canadian channel.